Only value-based education can empower and enshrine rural children. Adoption of renewable sources of energy not only helps in enhancing the sustainability of academies, but also contributes a lot to Mother Planet. ਇਹ ਵਿਚਾਰ ਹਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੇ। ਬਾਬਾ ਇਕਬਾਲ ਸਿੰਘ ਜੀ ਜਿਨ੍ਹਾਂ ਨੇ ਗੁਰਬਾਣੀ ਦੇ ਫਲਸਫੇ ਨੂੰ ਅਪਣਾ ਕੇ ਅਤੇ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਦਿਆਂ ਭਾਈ ਕਨਈਆ ਜੀ ਅਤੇ ਭਗਤ ਪੂਰਨ ਸਿੰਘ ਜੀ ਵਾਂਗ ਬਿਨਾਂ ਕਿਸੇ ਭੇਦਭਾਵ ਦੇ ਮਾਨਵਤਾ ਦੀ ਸੇਵਾ ਦਾ ਬੀੜਾ ਚੱਕਿਆ ਹੋਇਆ ਹੈ। ਬਾਬਾ ਇਕਬਾਲ ਸਿੰਘ ਜੀ ਵੱਲੋਂ ਚਲਾਈ ਜਾ ਰਹੀ ਕਲਗੀਧਰ ਸੁਸਾਇਟੀ ਬੜੂ ਸਾਹਿਬ ਵੱਲੋਂ ਦੇਸ਼ ਭਰ ਵਿੱਚ ਪਿੰਡਾਂ ਦੇ ਬੱਚਿਆਂ ਲਈ ਚੰਗੀ ਵਿੱਦਿਆ ਵਾਸਤੇ ਅਕਾਲ ਅਕੈਡਮੀਜ਼ ਸੇਵਾਵਾਂ ਨਿਭਾ ਰਹੀਆਂ ਹਨ। 3 ਯੂਨੀਵਰਸਿਟੀਜ਼, ਹਸਪਤਾਲ, ਬੇਸਹਾਰਾ ਔਰਤਾਂ ਲਈ ਮੁੜ ਵਸੇਵਾ ਸੈਂਟਰ ਅਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਬਹੁਤ ਸਾਰੇ ਸਕੂਲ ਅਤੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਬਹੁਤ ਵੱਡਾ ਉੱਦਮ ਕੀਤਾ ਜਾ ਰਿਹਾ ਹੈ। ਅਜਿਹੇ ਮਹਾਂਪੁਰਸ਼ ਹਰ ਪਲ ਮਨੁੱਖਤਾ ਦੀ ਸੇਵਾ ਲਈ ਹੀ ਤਤਪਰ ਰਹਿੰਦੇ ਹਨ। ਪ੍ਰਦੂਸ਼ਣ ਅੱਜ ਦੇ ਸਮੇਂ ਦੀ ਬਹੁਤ ਵੱਡੀ ਸਮੱਸਿਆ ਹੈ। ਇਸ ਸਮੱਸਿਆ ਤੋਂ ਮਾਨਵਤਾ ਨੂੰ ਬਚਾਉਣ ਦੀ ਇੱਕ ਅਹਿਮ ਕੋਸ਼ਿਸ਼ ਕੀਤੀ ਹੈ ਸੰਤ ਬਾਬਾ ਇਕਬਾਲ ਸਿੰਘ ਜੀ ਅਤੇ ਉਹਨਾਂ ਦੀ ਟੀਮ ਨੇ। ਇਸੇ ਤਹਿਤ 2 ਅਪ੍ਰੈਲ ਨੂੰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਗੋਇੰਗ ਗ੍ਰੀਨ ਵਿਦ ਸੋਲਰ ਇਨ ਰੂਰਲ ਪੰਜਾਬ ਦੇ ਨਾਰੇ ਨਾਲ ਸੋਲਰ ਐਨਰਜੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਗਮ ਮੌਕੇ ਸ਼੍ਰੀ ਜਤਿੰਦਰ ਨਾਥ ਸਵਾਈਨ, ਮੈਨੇਜਿੰਗ ਡਾਇਰੈਕਟਰ ਸੋਲਰ ਐਨਰਜੀ ਅਤੇ ਜੁਆਇੰਟ ਸਕੱਤਰ ਊਰਜਾ ਮੰਤਰਾਲਾ ਭਾਰਤ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸੰਤ ਸੀਚੇਵਾਲ ਨੇ ਆਪਣੇ ਸੰਬੋਧਨ ਵਿੱਚ ਗੁਰਬਾਣੀ ਦੇ ਹਵਾਲੇ ਦਿੰਦਿਆਂ ਵਾਤਾਵਰਣ ਨੂੰ ਸਵੱਛ ਰੱਖਣ ਲਈ ਪ੍ਰੇਰਿਤ ਕੀਤਾ। ਪਾਣੀ ਪਿਤਾ ਮਾਤਾ ਧਰਤ ਮਹਾਤੇ ਦਿਵਸ ਰਾਤ ਦੇ ਦਾਈ ਦਾਇਆ ਖੇਲਾ ਸਗਲ ਕਰ ਸਾਡਾ ਕੁਦਰਤ ਦੇ ਨਾਲ ਅਹਿਮ ਰਿਸ਼ਤਾ ਹੈ। ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਨ ਕੇ ਕੇ ਸਤਿਕਾਰ ਦਿੱਤਾ, ਸਨਮਾਨ ਦਿੱਤਾ। ਅੱਜ ਜੋ ਇਸ ਯੂਨੀਵਰਸਿਟੀ ਦੇ ਵਿੱਚ ਸੋਲਰ ਸਿਸਟਮ ਲਾਇਆ, ਉਹਦਾ ਉਦਘਾਟਨ ਕੀਤਾ, ਇਹ ਵੀ ਇੱਕ ਪਰਿਆਵਰਣ ਨੂੰ ਬਚਾਉਣ ਵਾਸਤੇ ਇੱਕ ਕਦਮ ਹੈ। ਕਿਉਂਕਿ ਐਨਰਜੀ ਅਸੀਂ ਸਾਰੇ ਵਰਤੋਂ ਕਰਦੇ ਹਾਂ, ਬਿਜਲੀ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ, ਸਮੇਂ ਦੀ ਲੋੜ ਆ। ਪਰ ਜਿਹੜੀ ਬਿਜਲੀ ਅਸੀਂ ਸੋਲਰ ਤੋਂ ਲੈ ਸਕਦੇ ਹਾਂ ਇਹ ਸਾਰਿਆਂ ਤੋਂ ਵਧੀਆ। ਪਾਣੀ ਦੇ ਨਾਲ ਬਿਜਲੀ ਪੈਦਾ ਕਰ ਸਕਦੇ ਹਾਂ, ਪਰ ਜਦ ਡੀਜ਼ਲ ਨਾਲ, ਕੋਲੇ ਨਾਲ ਬਿਜਲੀ ਪੈਦਾ ਕਰਦੇ ਹਾਂ ਤਾਂ ਉਹਦੇ ਨਾਲ ਪ੍ਰਦੂਸ਼ਣ ਵੀ ਹੁੰਦਾ। ਇਹ ਸਾਰਿਆਂ ਤੋਂ ਵਧੀਆ ਐਨਰਜੀ ਜਿਹੜੀ ਹੈ ਜਿਹਨੂੰ ਅਸੀਂ ਵਰਤੋਂ ਵਿੱਚ ਲਿਆਉਂਦੇ ਹਾਂ, ਅਤੇ ਸਮਝ ਲਓ ਅਸੀਂ ਇਨਵਾਇਰਮੈਂਟ ਦਾ ਵੀ ਬਾਰੇ ਵੀ ਸੋਚਦੇ। ਹਵਾ ਦਾ ਪ੍ਰਦੂਸ਼ਣ ਇਹਦੇ ਨਾਲ ਘੱਟਦਾ ਹੈ। ਜਿੰਨੀ ਅਸੀਂ ਸੋਲਰ ਐਨਰਜੀ ਵਰਤਾਂਗੇ, ਦੂਸਰੀ ਐਨਰਜੀ ਸਾਨੂੰ ਘੱਟ ਵਰਤਣੀ ਪਊਗੀ, ਉਹਦੇ ਨਾਲ ਇਨਵਾਇਰਮੈਂਟ ਦਾ ਫਾਇਦਾ ਹੋਊਗਾ।
ਮੁੱਖ ਮਹਿਮਾਨ ਸ਼੍ਰੀ ਜਤਿੰਦਰ ਨਾਥ ਨੇ ਕਿਹਾ ਕਿ ਸਮੇਂ ਦੇ ਬਦਲਾਅ ਨਾਲ ਜਿਵੇਂ ਮਕੈਨੀਕਲ ਪਾਵਰ ਦੀ ਵਰਤੋਂ ਵੱਧ ਤੋਂ ਵੱਧ ਹੋ ਰਹੀ ਹੈ, ਅਜਿਹੇ ਮੌਕੇ ਸੋਲਰ ਐਨਰਜੀ ਦੀ ਲੋੜ ਵੀ ਵੱਧ ਮਹਿਸੂਸ ਹੋਣ ਲੱਗੀ ਹੈ। ਇਸ ਕਾਰਜ ਲਈ ਉਹਨਾਂ ਨੇ ਕਲਗੀਧਰ ਸੁਸਾਇਟੀ ਬੜੂ ਸਾਹਿਬ ਦੀ ਵੀ ਸ਼ਲਾਘਾ ਕੀਤੀ। ਜ਼ਰੂਰਤ ਕਿਆ ਹੈ, ਯੂਨੀਵਰਸਿਟੀ ਚੱਲ ਰਹਾ ਹੈ, ਸਕੂਲ ਚੱਲ ਰਹਾ ਹੈ, ਸੋਲਰ ਪ੍ਰੋਜੈਕਟ ਲਗਾਏਗੇ, 25 ਸਾਲ ਲਗੇ ਪੈਨਲ ਕੰਮ ਕਰੇਗਾ ਨਹੀਂ ਕਰੇਗਾ, ਬਹੁਤ ਡਾਊਟਸ ਹੋਤਾ ਹੈ ਸਭ ਕਾ ਮਨ ਮੇ, ਏਵਰੀਬਡੀ ਇਜ਼ ਵੈਰੀ ਵੈਰੀ ਡਾਊਟਫੁਲ ਅਬਾਊਟ ਇਟ, ਬਟ ਦਿਸ ਟ੍ਰਸਟ ਐਂਡ ਅਕਾ ਗਰੁੱਪ ਆਫ ਇੰਸਟੀਟਿਊਸ਼ਨ ਲੋਕ ਇਤਨਾ ਬੜਾ ਸਟੈਪ ਲਿਆ, ਇਨਵੈਸਟ ਕੀਆ ਪੈਸਾ, ਇਟ ਇਜ਼ ਨਾਟ ਅਬਾਊਟ ਸੇਵਿੰਗ ਇਲੈਕਟ੍ਰੀਸਿਟੀ ਔਰ ਸੇਵਿੰਗ ਦ ਪਾਵਰ ਬਿਲਸ, ਯੈਸ ਪਾਵਰ ਬਿਲ ਵੀ ਕਮ ਹੋਤਾ ਹੈ, ਹਮਾਰਾ ਸੇਵਿੰਗਸ ਹੋਤਾ ਹੈ, ਮੋਰ ਅਬਾਊਟ ਦ ਫੇਥ ਇਨ ਸੋਲਰ ਪਾਵਰ। For this, I really congratulate and I want everybody to give a big clap. ਅਕਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰਦਾਰ ਗੁਰਮੇਲ ਸਿੰਘ ਨੇ ਵੀ ਯੂਨੀਵਰਸਿਟੀ ਦੀਆਂ ਕਾਰਗੁਜ਼ਾਰੀਆਂ ਅਤੇ ਬਾਬਾ ਇਕਬਾਲ ਸਿੰਘ ਜੀ ਦੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ। ਦਾਸ ਨੇ 1985 ਤੋਂ ਬੜੂ ਸਾਹਿਬ ਜਾਣਾ ਸ਼ੁਰੂ ਕੀਤਾ, ਲੇਕਿਨ ਜਦ 1987 'ਚ ਬਾਬਾ ਜੀ ਨੇ ਅਕਾਲ ਅਕੈਡਮੀਜ਼ ਦਾ ਉਦਘਾਟਨ ਕੀਤਾ ਤਾਂ ਕੋਈ 5 ਕੁ ਬੱਚੇ ਉਸ ਟਾਈਮ ਪ੍ਰੈਜੈਂਟ ਸੀ ਅਤੇ ਕੋਈ 50 ਦੀ ਸੰਗਤ ਸੀ ਅਤੇ ਬਾਬਾ ਜੀ ਉੱਥੇ ਵਚਨ ਕਰ ਰਹੇ ਸਨ। ਮੈਂ ਅਰਦਾਸ ਕੀਤੀ ਕਿ ਵੀ ਅਕਾਲ ਪੁਰਖ ਮਿਹਰ ਕਰੋ ਕਿ ਇਹ ਸਥਾਨ ਨੂੰ ਪ੍ਰਗਟ ਕਰੋ, ਇੱਥੇ ਬੱਚੇ ਬੱਚੀਆਂ ਸਾਰੇ ਦੁਨੀਆਂ ਤੋਂ ਆਉਣ ਅਤੇ ਸੰਸਾਰਕ ਵਿੱਦਿਆ ਦੇ ਨਾਲ ਰੂਹਾਨੀ ਵਿੱਦਿਆ ਵੀ ਲੈ ਕੇ ਜਾਣ ਅਤੇ ਸੱਚੇ ਸੁੱਚੇ ਇਨਸਾਨਾਂ ਦੀ ਦੁਨੀਆ ਸਿੱਝੀ ਜਾ ਸਕੇ, ਇਸ ਤਰ੍ਹਾਂ ਦਾ ਉਹ ਕਰ ਰਹੇ ਸੀ। ਅਤੇ ਬਾਅਦ 'ਚ ਉਹਨਾਂ ਨੇ ਵਚਨ ਕੀਤੇ ਕਿ ਇਹ ਸਥਾਨ ਇਸ ਤਰ੍ਹਾਂ ਦਾ ਕੰਮ ਕਰੇਗਾ ਜਿਵੇਂ ਕਿ ਇੱਕ ਬੋਰਡ ਦਾ ਛੋਟਾ ਜਿਹਾ ਬੀਜ ਹੁੰਦਾ ਹੈ ਲੇਕਿਨ ਬਹੁਤ ਵੱਡਾ ਦਰਖਤ ਬਣ ਜਾਂਦਾ ਹੈ, ਅਤੇ ਇਸ ਤਰ੍ਹਾਂ ਬੱਚੇ ਬੱਚੀਆਂ ਇੱਥੇ ਆਉਣਗੇ ਅਤੇ ਇੱਥੋਂ ਹੀ ਸਪਿਰਚੁਅਲਿਟੀ ਫੈਲੇਗੀ, ਸੱਚੇ ਇਨਸਾਨਾਂ ਦੀ ਉਪਜ ਇੱਥੋਂ ਹੋਏਗੀ। ਅਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਵਿੱਦਿਆ ਦੇਣੀ ਸਾਰੇ ਦਿੰਦੇ ਨੇ, ਅਸੀਂ ਕੋਈ ਅਲੱਗ ਨਹੀਂ ਦੇ ਰਹੇ, ਲੇਕਿਨ ਸਾਰੇ ਤਿਆਰ ਹੁੰਦੇ ਨੇ, ਇਸ ਤਰ੍ਹਾਂ ਦੇ ਐਫਰਟ ਨਹੀਂ ਕਰ ਰਹੇ ਕਿ ਇੰਨੇ ਜਿਹੜੇ ਜੇ IAS ਦੀ ਕੋਚਿੰਗ ਕਰਨੀ ਹੋਵੇ ਤਾਂ 3-4 ਲੱਖ ਰੁਪਏ ਤੋਂ ਘੱਟ ਇੱਕ ਬੱਚਾ ਕੋਚਿੰਗ ਨਹੀਂ ਸਾਲ ਦੀ ਕਰ ਸਕਦਾ, ਦਿੱਲੀ ਵਰਗੇ ਸ਼ਹਿਰ ਚੰਡੀਗੜ੍ਹ ਵਰਗੇ ਸ਼ਹਿਰ 'ਚ ਕਰੇ, ਇਸ ਸਾਰੇ ਦਾ ਸਾਰਾ ਐਫਰਟ ਹੈ ਕਿ ਆਪ ਤੇ ਜ਼ਰੂਰ ਮਿਲਣਾ ਉਹਨਾਂ ਬੱਚਿਆਂ ਨੂੰ, ਇਹ ਫ੍ਰੀ ਆਫ ਕੋਸਟ ਹੈ। ਇਸ ਸਭ ਤੋਂ ਪੜ੍ਹੇ ਹੋਏ ਟ੍ਰੇਨ ਕੀਤੇ ਹੋਏ ਅਧਿਆਪਕ ਨੇ ਉੱਥੇ, ਇੰਗਲਿਸ਼ ਐਂਡ ਫੋਰਨ ਲੈਂਗੁਏਜ ਯੂਨੀਵਰਸਿਟੀ ਤੋਂ ਸਟਾਫ ਹੈ ਇੱਥੇ ਇੰਗਲਿਸ਼ ਡਿਪਾਰਟਮੈਂਟ ਦੇ ਵਿੱਚ, ਇਸ ਤਰ੍ਹਾਂ ਦਾ ਜਿਹੜਾ ਇੱਕ ਐਫਰਟ ਹੈ ਕਿ ਚੁਣ ਚੁਣ ਕੇ ਪ੍ਰੋਫੈਸਰ ਲਿਆਈਏ ਤਾਂ ਕਿ ਇਹ ਬੱਚਿਆਂ ਨੂੰ ਉਹ ਬਣਾ ਸਕੀਏ ਜੋ ਸੁਪਨਾ ਬਾਬਾ ਜੀ ਦਾ ਹੈ ਕਿ ਯੂਨੀਵਰਸਿਟੀ ਨੂੰ ਵਰਲਡ ਕਲਾਸ ਯੂਨੀਵਰਸਿਟੀ ਬਣਾਉਣ ਦਾ। ਅਤੇ ਜਿਹੜਾ ਸਭ ਤੋਂ ਉੱਤਮ ਕਾਰਜ ਬਾਬਾ ਜੀ ਕਰ ਰਹੇ ਨੇ ਸਾਡੇ ਥਰੂ ਪਰਿਵਾਰ ਦੇ ਸਾਰਿਆਂ ਦੇ ਥਰੂ, ਉਹ ਇਹ ਹੈ ਕਿ ਸਿਰਫ ਐਜੂਕੇਟ ਹੀ ਨਾ ਕਰੀਏ, ਇਹਨਾਂ ਨੂੰ ਲਿਟਰੇਟ ਨਾ ਬਣਾਈਏ, ਇਹਨਾਂ ਨੂੰ ਐਜੂਕੇਟ ਕਰੀਏ, ਸਾਇੰਟੀਫਿਕ ਐਜੂਕੇਸ਼ਨ ਦੇ ਨਾਲ ਨਾਲ ਇਹਨਾਂ ਨੂੰ ਵੈਲਿਊਜ਼ ਵੀ ਦਈਏ, ਅਸੀਂ ਮੋਰਲ ਵੈਲਿਊ, ਐਥੀਕਲ ਵੈਲਿਊ ਜੋ ਕਿ ਕੰਪਲਸਰੀ ਪੇਪਰ ਵੀ ਪੜ੍ਹਾਈਆਂ ਜਾਂਦੀਆਂ ਨੇ, ਅਤੇ ਇੱਕ ਉਸ ਤਰ੍ਹਾਂ ਦਾ ਇਨਵਾਇਰਮੈਂਟ ਵੀ ਸਿਰਜਿਆ ਗਿਆ ਜਿਹਦੇ ਵਿੱਚ ਕਿ ਐਟੋਮੈਟਿਕਲੀ ਉਸ ਤਰ੍ਹਾਂ ਦੇ ਗਰੂਪ ਹੋਣ, ਉਸ ਤਰ੍ਹਾਂ ਦਾ ਮਾਹੌਲ ਨਾ ਹੋਵੇ ਜਿਸ ਤਰ੍ਹਾਂ ਦਾ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਹੁੰਦਾ ਹੈ, ਕਿਉਂਕਿ ਜਨਰਲੀ ਦੇਖਿਆ ਗਿਆ ਕਿ ਯੂਨੀਵਰਸਿਟੀ ਕਾਲਜਾਂ ਦੇ ਬੂਹੇ ਗੇਟਾਂ ਦੇ ਅੱਗੇ ਜਾਂ ਗਰਾਊਂਡਾਂ ਦੇ ਵਿੱਚ ਆਪ ਤੁਸੀਂ ਦੇਖ ਹੀ ਸਕਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ, ਅਤੇ ਇਹ ਬਿਲਕੁਲ ਉਸ ਤੋਂ ਉਲਟ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਸੋ ਡਾਕਟਰ ਸਾਹਿਬ ਇੱਕ ਗਰੀਬ ਲੈ ਰਹੇ ਸੀ ਸਾਡੇ ਇੱਕ ਅਧਿਆਪਕ, ਉਹਨੇ ਕਿਹਾ ਕਿ ਅਸੀਂ ਤਾਂ ਉਹ ਕੁਛ ਕਰ ਰਹੇ ਹਾਂ, ਹਵਾ ਇੱਧਰ ਨੂੰ ਚੱਲਦੀ ਹੈ, ਅਸੀਂ ਇੱਧਰ ਨੂੰ ਮੂਵ ਕਰ ਰਹੇ ਹਾਂ, ਅਸੀਂ ਤਾਂ ਉਲਟ ਚੱਲ ਰਹੇ ਹਾਂ ਸਾਰੇ ਕਰਨ, ਲੇਕਿਨ ਇਹ ਸਾਰੇ ਦਾ ਸਾਰਾ ਆਸ਼ਾ ਹੈ ਕਿ ਇੱਕੋ ਹੀ ਆਸ਼ਾ ਹੈ ਕਿ ਕਿਸ ਤਰ੍ਹਾਂ ਇਹ ਗੁਰੂ ਕਾਸ਼ੀ ਦਾ ਸੁਪਨਾ ਪੂਰਾ ਹੋਵੇ, ਕਿਸ ਤਰ੍ਹਾਂ ਇੱਕ ਸੱਚੇ ਸੁੱਚੇ ਇਨਸਾਨ ਹਾਈ ਕੁਆਲਿਟੀ ਐਜੂਕੇਸ਼ਨ ਦੇ ਕੇ ਅੱਗੇ
ਪੈਦਾ ਕੀਤੇ ਜਾਣ, ਇੱਥੋਂ ਟ੍ਰੇਡ ਹੋਣ, ਤਾਂ ਕਿ ਇਹ ਆਪਣੇ ਸੁਪਨੇ ਅੱਗੇ ਲੈ ਕੇ ਆਉਣ ਅਤੇ ਜੋ ਵੀ ਸਮਾਜ ਦੇ ਕਾਰਜ ਨੇ, ਸਮਾਜ ਪ੍ਰਤੀ ਉਹਦੀ ਜ਼ਿੰਮੇਵਾਰੀਆਂ ਨੇ, ਇੰਕਲੂਡਿੰਗ ਇਨਵਾਇਰਮੈਂਟ, ਇੰਕਲੂਡਿੰਗ ਅਦਰ ਸੋਸ਼ਲ ਡਿਵੈਲਪਮੈਂਟ, ਉਹ ਇਹ ਆਪਣਾ ਬਾਖੂਬੀ ਨਾਲ ਨਿਭਾ ਸਕਣ ਅਤੇ ਸਾਰੇ ਦੇ ਸਾਰੇ ਇੱਕ ਸੱਚਾ ਅਤੇ ਸੁੱਚਾ ਸਮਾਜ ਪੰਜਾਬ ਉਸਮ ਦੇ ਵਿੱਚ ਇਹ ਬੱਚੇ ਆਪਣਾ ਯੋਗਦਾਨ ਪਾਉਣ ਅਤੇ ਯੂਨੀਵਰਸਿਟੀ ਦਾ ਮਨੋਰਥ ਪੂਰਾ ਹੋਏ। ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਓਂਕਾਰ ਸਿੰਘ ਨੇ ਵੀ ਸਮਾਗਮ ਨੂੰ ਸੰਬੋਧਿਤ ਕੀਤਾ। ਬਹੁਤ ਸ਼ੁਕਰੀਆ ਸਰ, ਬਹੁਤ ਹੀ ਘੱਟ ਸ਼ਬਦਾਂ ਦਾ ਇਸਤੇਮਾਲ ਕੀਤਾ, ਪਰ ਇਹਨਾਂ ਦਾ ਜਿਹੜਾ ਇਹਨਾਂ ਦਾ ਕੰਟਰੀਬਿਊਸ਼ਨ ਹੈ ਜੋ ਉਹ ਬਹੁਤ ਹੀ ਸ਼ਲਾਘਾਯੋਗ ਹੈ। ਗਰੀਬ ਬੱਚਿਆਂ ਨੂੰ ਪੜ੍ਹਾਉਣਾ ਇਸਦੇ ਵਾਸਤੇ ਤੁਸੀਂ ਸਭ ਸਮਝਦੇ ਹੋਵੋਗੇ, ਇਟ ਟੇਕਸ ਅ ਲੋਟ ਟੂ ਕੰਟਰੀਬਿਊਟ ਟੂ ਸਮਵਨ। ਅਖੀਰ ਵਿੱਚ ਸਮਾਗਮ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ ਬਿਊਰੋ ਦੀ ਵਿਸ਼ੇਸ਼ ਰਿਪੋਰਟ।